ਤਸਵੀਰਾਂ ਦੇ ਵਿੱਚ ਤੁਸੀਂ ਨੌਜਵਾਨ ਮੁੰਡਿਆਂ ਨੂੰ ਮੋਟਰਸਾਈਕਲ ਦੇ ਉੱਤੇ ਜਾਂਦਿਆਂ ਨੂੰ ਦੇਖ ਰਹੇ ਹੋ। ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਇਹ ਕਿਤੋਂ ਕੰਮ ਤੋਂ ਵਾਪਿਸ ਆਏ ਹੋਣਗੇ, ਪਰ ਨਹੀਂ, ਇਹ ਮੂੰਹ ਲੁਕੋਏ ਉਹ ਬੰਦੇ ਨੇ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਤੁਹਾਡੇ ਸਮਾਨ ਨੂੰ ਗਾਇਬ ਕਰ ਦਿੰਦੇ ਨੇ। ਜੀ ਹਾਂ, ਇਹਨਾਂ ਨੇ ਵੀ ਅਜਿਹਾ ਹੀ ਕੰਮ ਕੀਤਾ ਅਤੇ ਇਹਨਾਂ ਦੇ ਵੱਲੋਂ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਆ। ਆਓ ਦੇਖਦੇ ਹਾਂ ਤਸਵੀਰਾਂ। ਫਿਰੋਜ਼ਪੁਰ ਦੇ ਵਿੱਚ ਚੋਰਾਂ ਦਾ ਆਤੰਕ ਦਿਨ ਬ ਦਿਨ ਵੱਧਦਾ ਜਾ ਰਿਹਾ ਅਤੇ ਆਏ ਦਿਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਇੱਕ ਵਾਰ ਫਿਰ ਚੋਰਾਂ ਨੇ ਮੋਬਾਈਲਾਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉੱਥੋਂ 5 ਲੱਖ ਰੁਪਏ ਮੁੱਲ ਦੇ ਮੋਬਾਈਲ ਫੋਨ ਅਤੇ ਨਗਦੀ ਲੈ ਕੇ ਫਰਾਰ ਹੋ ਗਏ, ਜਿਸ ਕਰਕੇ ਦੁਕਾਨ ਮਾਲਕ ਵੀ ਕਾਫੀ ਪਰੇਸ਼ਾਨ ਨੇ। ਇਹ ਭਾਈ ਜੀ, 11:30 ਵਜੇ 3 ਬੰਦੇ ਆਏ ਮੋਟਰਸਾਈਕਲ ਦੇ ਅਤੇ ਇਹਨਾਂ ਨੇ ਸ਼ਟਰ ਤੋੜਿਆ, ਇੱਟ ਮਾਰ ਕੇ ਸ਼ੀਸ਼ਾ ਪਾੜਿਆ, ਅੰਦਰੋਂ ਸਾਰੇ ਮੋਬਾਈਲ 30 ਮੋਬਾਈਲ ਚੱਕ ਕੇ ਲੈ ਗਏ ਜੀ। 10-12 ਆਈਫੋਨ ਸੀਗੇ, ਕੁਛ ਐਂਡਰੋਇਡ ਫੋਨ, ਨੋਟ ਵਗੈਰਾ ਸੀਗੇ, ਮਹਿੰਗੇ ਸੀਗੇ ਫੋਨ, 4-5 ਲੱਖ ਰੁਪਏ ਦੇ ਫੋਨ ਸੀਗੇ ਜੀ। ਰਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ 11:30 ਵਜੇ ਰੋਡ ਚੱਲਦੀ ਪਈ ਤੇ ਦਿੱਤਾ ਜੀ। ਮੋਟਰਸਾਈਕਲ ਤੇ ਆਏ ਆ, ਇੱਕ ਵਾਰੀ ਫਿਰ ਵਾਪਸ ਮੋਟਰਸਾਈਕਲ ਤੇ ਵੀ ਬੈਠੇ ਆ, ਪਿੱਛੋਂ ਕੋਈ ਆ ਰਿਹਾ ਸੀਗਾ, ਵੇਖ ਕੇ ਫਿਰ ਅੰਦਰ ਵੜ ਗਿਆ ਜੀ। ਪਿੱਛੋਂ ਜਦੋਂ ਗਲੀ ਵਾਲਿਆਂ ਨੇ ਰੋਲਾ ਪਾਇਆ, ਬੰਦਾ ਪਿੱਛੇ ਭੱਜਿਆ, ਇਹਨਾਂ ਨੇ ਮੋੜ ਕੱਟਦੇ ਕੱਟਦੇ ਨਾਲ ਹੀ ਉਹਨੂੰ ਪਿਸਟਲ ਕੱਢ ਕੇ ਦਿਖਾਈ ਹੈ ਜੀ। ਉਹਦੀ ਵੀਡੀਓ ਸਾਡੇ ਕੋਲ CCTV ਦੇ ਵਿੱਚ ਹੈਗੀ ਆ। ਭਾਜੀ, ਪੁਲਿਸ ਨੂੰ ਰਾਤੀ ਫੋਨ ਕੀਤਾ, ਬਿਨਾਂ ਨੰਬਰ ਪਲੇਟ ਤੋਂ ਪੁਲਿਸ ਵਾਲਾ ਮੋਟਰਸਾਈਕਲ ਤੇ ਆਇਆ ਜੀ। ਠੀਕ ਹੈ ਜੀ, ਅੱਗੋਂ ਇੱਥੇ ਬੋਲ ਬੋਲ ਕੇ ਚਲੇ ਗਏ ਨੇ ਸਾਡੇ ਕੋਲ। ਅਸੀਂ 3 ਬੰਦੇ ਪੂਰੇ ਥਾਣੇ 'ਚ, ਸਾਡੇ ਕੋਲ ਬੰਦੇ ਹੈ ਨਹੀਂ ਗੇ, ਰਾਤੀ FIR ਕਰਾਉਣ ਗਏ ਹਾਂ। ਇਕੱਲੀ ਦਰਖਾਸਤ ਲਿਖੀ ਹੈ, ਸਾਡੇ ਕੋਲ ਬੰਦੇ ਹੀ ਹੈ ਨਹੀਂ ਜੀ, ਸਵੇਰੇ ਆਵਾਂਗੇ ਜੀ। ਸਵੇਰੇ ਆਏ ਨੇ, ਆਹ ਹੁਣ ਤੁਸੀਂ ਹਿਸਾਬ ਲਾ ਲਓ, 3 ਵੱਜ ਗਏ ਨੇ ਸਵੇਰ ਦੇ, 2 ਗੇੜੇ 3 ਵੱਜ ਗਏ ਨੇ, 2 ਗੇੜੇ ਅਸੀਂ ਲਾ ਚੁੱਕੇ ਹਾਂ, ਹਾਲੇ ਤੱਕ FIR ਦਰਜ ਨਹੀਂ ਹੋਈ। ਕੋਈ ਵਿਸ਼ਵਾਸ ਨਹੀਂ ਦਿੱਤਾ ਫੜਨ ਦਾ? ਕੁਛ ਨਹੀਂ ਸਰ, ਹਾਲੇ ਤੱਕ ਸਿਰਫ ਕਹਿੰਦੇ FIR ਟਾਈਪ ਕਰਕੇ ਰੱਖੀ ਹੈ, ਦਰਜ ਹਾਲੇ ਤੱਕ ਨਹੀਂ ਕੀਤੀ ਜੀ। ਭਾਜੀ, ਸਾਰੇ ਲੋਕ ਆਸੇ ਪਾਸੇ ਵਾਲੇ ਵੀ ਸਹਿਮੇ ਪਏ, ਦੁਕਾਨਦਾਰ ਕਿ ਸਾਡੇ ਵੀ ਕੱਲ੍ਹ ਨੂੰ ਚੋਰੀ ਹੋ ਸਕਦੀ ਹੈ। ਪੁਲਿਸ ਕੀ ਕਰੇਗੀ, ਕੁਛ ਵੀ ਨਹੀਂ ਕਰ ਰਹੀ ਪੁਲਿਸ, ਹਥਿਆਰ ਸ਼ਰੇਆਮ ਲਈ ਫਿਰਦੇ ਆ, ਅਗਲੇ ਹਥਿਆਰ ਕੱਢ ਕੇ ਟੇਬਲ ਤੇ ਰੱਖ ਦਿੰਦੇ। 3 ਦਿਨ ਪਹਿਲਾਂ ਇੱਥੇ ਪਹਿਲਾਂ ਚੋਰੀ ਹੋਈ ਹੈ ਮੈਡੀਕਲ ਸ਼ਾਪ ਦੇ ਉੱਤੇ, ਉੱਥੇ ਉਹਨਾਂ ਨੇ ਹਥਿਆਰ ਕੱਢ ਕੇ ਅਗਲੇ ਤੋਂ ਗੁੱਲਾ ਸਾਰਾ ਖਾਲੀ ਕਰਾ ਕੇ ਜੇਬ 'ਚ ਪਾ ਲਿਆ, ਸ਼ਾਮੀ 7 ਵਜੇ ਸ਼ਰੇਆਮ। ਕੋਈ ਕਾਰਵਾਈ ਨਹੀਂ ਹੋਈ ਜੀ, ਕੋਈ ਬੰਦਾ ਨਹੀਂ ਫੜੀ ਚਾ। ਮੰਗ ਇਹੀ ਜੀ, ਪਰਚਾ ਦਰਜ ਕੀਤਾ ਜਾਵੇ, ਵੱਧ ਤੋਂ ਵੱਧ ਧਾਰਾਵਾਂ ਲਾਈਆਂ ਜਾਣ ਜਿਹਦੇ 'ਚ ਬੇਲ ਨਾ ਮਿਲੇ ਉਹਨਾਂ ਨੂੰ। ਹਥਿਆਰ ਦਿਖਾ ਰਹੇ ਆ, ਹਥਿਆਰ ਦੀ ਧਾਰਾ ਲਾਈ ਜਾਵੇ, ਜੋ ਕਿ ਸਿਰਫ ਚੋਰੀ ਦੀ ਧਾਰਾ ਲਾ ਕੇ ਸਿਸਟਮ ਬਣਾ ਰਹੇ ਆ, ਪਰ ਅਸੀਂ ਕਹਿੰਦੇ ਕਿ ਨਜਾਇਜ਼ ਅਸਲਾ ਉਹਨਾਂ ਕੋਲ ਹੈ, ਉਹਦੀ ਧਾਰਾ ਵੀ ਨਾਲ ਲੱਗੀ ਜਾਵੇ ਅਤੇ FIR ਕੱਟੀ ਜਾਵੇ, ਬੰਦੇ ਜਲਦੀ ਤੋਂ ਜਲਦੀ ਫੜੇ ਜਾਣ ਅਤੇ ਸਾਡੀ ਰਿਕਵਰੀ ਕਰਾ ਕੇ ਦਿੱਤੀ ਜਾਵੇ। ਅਤੇ 11:30 ਵਜੇ ਦਾ ਟਾਈਮ ਸੀ ਤਕਰੀਬਨ, 3 ਚੋਰ ਆਉਂਦੇ ਆ ਮੋਟਰਸਾਈਕਲ 'ਤੇ, ਜਿਵੇਂ ਕਹਿ ਲਓ ਜਾਨੀ ਹੋਣ ਜਾਣਦੇ ਹੋਣੇ ਜਾਂ ਪਹਿਲਾਂ ਇੱਕ ਅੱਧੀ ਵਾਰੀ ਆਏ ਹੋਣ, ਉੱਦਾਂ ਆਏ ਆ, ਰੁਕੇ ਆ,
ਉਹਨਾਂ ਨੇ ਸ਼ਟਰ ਭੰਨਿਆ ਪਹਿਲੋਂ, ਫਿਰ ਸ਼ਟਰ ਭੰਨ ਕੇ ਉਹਨਾਂ ਨੇ ਗੇਟ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਗੇਟ ਦਾ ਹੈਂਡਲ ਜਿਹੜਾ ਹੁੰਦਾ ਉਹ ਟੁੱਟ ਗਿਆ, ਇੱਕ ਮੁੰਡਾ ਗਿਰਿਆ ਸੜਕ 'ਤੇ ਉਹਨੂੰ ਖਿੱਚਣ ਦੇ ਦੌਰਾਨ, ਫਿਰ ਉਹਨੇ ਚੱਕੀ ਉੱਤੋਂ ਸਾਹਮਣੇ ਇੱਟ ਚੱਕੀ, ਇੱਟ ਚੱਕ ਕੇ ਅਤੇ ਸ਼ੀਸ਼ਾ ਭੰਨਿਆ, ਸ਼ੀਸ਼ਾ ਭੰਨ ਕੇ ਅਤੇ ਅੰਦਰ ਆਏ ਨੇ, ਅੰਦਰ ਆ ਕੇ ਅਤੇ ਸਾਰੇ ਉਹਨਾਂ ਨੇ ਜਿਹੜੇ ਮੋਬਾਈਲ 'ਤੇ ਨਕਦੀ ਪਈ ਸੀ ਉਹ ਲੈ ਗਏ ਜੀ। ਨਕਦੀ 70-80 ਹਜ਼ਾਰ ਦੇ ਕਰੀਬ ਕਰੀਬ ਸੀ। ਮੋਬਾਈਲ 25-30 ਮੋਬਾਈਲ ਸੀ। ਨੁਕਸਾਨ ਲਗਭਗ ਜੇ ਕਹੀਏ ਤਾਂ ਆਪਾਂ 3 ਕੁ ਲੱਖ ਦੇ ਮੋਬਾਈਲ ਹੈਗੇ ਸੀ ਅਤੇ 70-80 ਹਜ਼ਾਰ ਲਗਭਗ, ਕੋਈ ਅੰਦਾਜ਼ਾ ਤਾਂ ਹੁੰਦਾ ਨਹੀਂ। ਦੇਖੋ ਚੱਲਦੀ ਦੁਕਾਨ, ਸਟੋਕ ਤੁਸੀਂ ਹਿਸਾਬ ਲਗਾਓ, ਪਤਾ ਹੀ ਨਹੀਂ ਕਿੰਨਾ ਕੀ ਹੈ ਕੀ ਨਹੀਂ। ਨੋਰਮਲ ਆਪਣਾ 2 ਘੰਟੇ ਬਾਅਦ ਆਇਓ, ਘੰਟੇ ਬਾਅਦ ਆਇਓ, ਹਜੇ ਤੱਕ ਸਾਡੀ ਐਫ ਆਈ ਆਰ ਨਹੀਂ ਖਿੱਚੀ। ਬਹੁਤ ਬਹੁਤ ਹੈ ਜੀ, ਬਹੁਤ ਲੁੱਟ ਖੋ ਚੱਲ ਰਹੀ ਹੈ, ਬਹੁਤ ਲੁੱਟ ਖੋ ਡਰ ਦਾ ਮਾਹੌਲ ਰਹਿੰਦਾ ਸਰ, ਇਹੀ ਡਰ ਦਾ ਮਾਹੌਲ ਰਹਿੰਦਾ। ਅੱਜ ਕੱਲ੍ਹ ਉਹਨਾਂ ਕੋਲ ਪਿਸਟਲ ਸੀ ਜਿਹੜੇ ਰਾਤੀ ਆਏ ਨਾ, ਜਦੋਂ ਚੋਰੀ ਕੀਤੀ ਉਹਨਾਂ ਨੇ, ਸਾਡੇ ਮੁਹੱਲੇ ਦੇ ਇੱਕ ਵੀਰ ਨੇ ਉਹ ਪਿੱਛੇ ਭੱਜੇ ਉਹਨਾਂ ਦੇ, ਉਹਨਾਂ ਨੇ ਪਿਸਟਲ ਦਿਖਾਈ ਉਹਨਾਂ ਨੂੰ ਗੋਲੀ ਮਾਰਨ ਦੀ। ਹਾਂਜੀ, ਪਿਸਟਲ ਵਿਖਾਈ ਕਿ ਉਹ ਜੋ ਗੋਲੇ ਜਾਂਦੇ ਤਾਂ ਉਹਨਾਂ ਗੋਲੀ ਵੀ ਮਾਰ ਦੇਣੀ ਸੀ। ਉੱਤੋਂ ਪੁਲਿਸ ਵਾਲੇ ਆ ਕੇ ਕਹਿੰਦੇ ਜੀ ਤੁਸੀਂ ਚੌਂਕੀਦਾਰ ਰੱਖੋ, ਕਿ ਸਾਡੇ ਵੱਲੋਂ ਕੋਈ ਨਹੀਂ ਹੈਗਾ, ਤੁਸੀਂ ਆਪਦੀ ਸੰਭਾਲ ਆਪੇ ਕਰਨੀ ਹੈ, ਤੁਸੀਂ ਚੌਂਕੀਦਾਰ ਰੱਖੋ। ਇਹ ਜਵਾਬ ਮਿਲਿਆ ਸਾਨੂੰ ਪੁਲਿਸ ਵਾਲਿਆਂ ਕੋਲ, ਤਾਂ ਹਲੇ ਤੱਕ ਲਹਿੰਦੀ ਕਾਰਵਾਈ ਕੋਈ ਵੀ ਨਹੀਂ ਕੀਤੀ ਗਈ ਪੁਲਿਸ ਵੱਲੋਂ। ਹਾਂ, 1-2 ਵਾਰੀ ਆ ਗਏ ਨੇ, SHO ਸਾਹਿਬ ਵੀ ਆ ਗਏ ਨੇ, ਪਰ ਨਾ ਹਲੇ ਤੱਕ ਸਾਨੂੰ FIR ਦਾ ਮਿਲਿਆ ਕੁਛ, ਨਾ ਹੀ ਸਾਡੀ ਗਰੀਚੀ, ਨਾ ਹੀ ਕੋਈ ਕਾਰਵਾਈ ਕਰਨੀ ਹੋਈ। ਮੰਗ ਇਹੀ ਹੈ ਸਰ ਕਿ ਆਪਣਾ ਜੋ ਵੀ ਸਾਡੇ ਨੁਕਸਾਨ ਹੋਇਆ ਉਹ ਸਾਡੀ ਮਿਲ ਜਾਵੇ ਤਾਂ ਬਹੁਤ ਵਧੀਆ, ਜਿਹੜੇ ਹੈਗੇ ਆ ਤਾਂ ਕਿ ਉਹਨਾਂ ਦੇ ਹੌਸਲਿਆਂ ਨੂੰ ਲਗਾਮ ਪਾਈ ਜਾਵੇ। ਜਿਹੜੇ ਚੋਰ ਨੇ ਸ਼ਰੇਆਮ 11-11:30 ਵਜੇ ਦਾ ਟਾਈਮ ਕੀ ਹੁੰਦਾ ਜੀ, ਇੱਕ ਹੁੰਦਾ ਆਪਾਂ 2-3 ਵਜੇ ਦਾ ਕਹਿੰਦੇ ਹਾਂ ਟਾਈਮ ਹੋਵੇ, ਇਹ ਅਲੱਗ ਗੱਲ ਹੈ, 11:30-11 ਵਜੇ ਆਪਣਾ ਟਾਈਮ ਹੈ। ਹਾਂਜੀ, ਭੰਨ ਤੋੜ ਵੀ ਕੀਤੀ, ਭੰਨ ਤੋੜ ਕਰਕੇ ਅੰਦਰ ਆਏ ਜੀ। ਉੱਥੇ ਪੁਲਿਸ ਵੱਲੋਂ CCTV ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਆਰੋਪੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਸਰ, ਮੋਬਾਈਲਾਂ ਦੁਕਾਨ 'ਤੇ ਜਿਹੜੀ ਚੋਰੀ, ਕੀ ਮਤਲਬ? ਕਰੀਬ 11:15 3-7 ਆਦਮੀ ਆਏ ਜਿਹਨਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ 70,000 ਰੁਪਈਆ ਦੇ ਕਰੀਬ ਅਤੇ 30-35 ਮੋਬਾਈਲ ਫੋਨ ਜਿਹੜੇ ਆ ਉੱਥੋਂ ਚੋਰੀ ਕਰਕੇ ਲੈ ਗਏ। ਮੁਕੱਦਮਾ ਦਰਜ ਕਰ ਦਿੱਤਾ ਗਿਆ 33,000 ਅਨਪਛਾਤੇ ਵਿਰੁੱਧ ਕੀਤਾ ਸਰ। ਹਾਂਜੀ, ਇਹ ਕੋਈ ਅਸਲਾ ਵੀ ਸੀ ਉਹਨਾਂ ਕੋਲ? ਹਾਂ, ਅਸਲਾ ਵੀ ਸੀ, ਉਹਦੀ ਵੀ 55-59 ਆਰਮਲੈਂਥ ਜਿਹੜੀ ਆ ਲਾਈ ਉਹਦੇ ਖਿਲਾਫ਼। ਖੈਰ, ਦੱਸ ਦਈਏ ਕਿ ਪੀੜਤਾਂ ਦੇ ਵੱਲੋਂ ਚੋਰੀ ਕਰਨ ਵਾਲੇ ਲੁਟੇਰੇ ਨੂੰ ਜਲਦ ਫੜਨ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਲੁਟੇਰਿਆਂ ਦੇ ਖਿਲਾਫ਼ ਸਖ਼ਤ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਕਿ ਉਹ ਜਲਦੀ ਬਾਹਰ ਨਾ ਆ ਸਕਣ ਅਤੇ ਕਿਸੇ ਹੋਰ ਦਾ ਨੁਕਸਾਨ ਨਾ ਕਰ ਸਕਣ। ਹਕੀਕਤ TV ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।